ਦੋਸਤੋ ਪਿਛਲੇ ਐਪੀਸੋਡਸ ਆਪਾਂ ਜਾਣਿਆ ਸੀ 10 ਸਾਇੰਟਿਫਿਕ ਇਨਸਟਰੂਮੈਂਟਸ ਦੇ ਬਾਰੇ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ ਫਿਰ ਜਾਣਦੇ ਹਾਂ ਅਗਲੇ ਸਾਇੰਟਿਫਿਕ ਇਨਸਟਰੂਮੈਂਟਸ ਦੇ ਬਾਰੇ ਇਹ ਸਾਇੰਟਿਫਿਕ ਇਨਸਟਰੂਮੈਂਟਸ ਸਾਇੰਸ ਦੇ ਵਿੱਚ ਕਾਫੀ ਮਦਦ ਕਰਦੇ ਨੇ ਕਿਸੇ ਵੀ ਚੀਜ਼ ਨੂੰ ਨਾਪਣ ਲਈ ਮਾਪਣ ਲਈ ਉਹਦੇ ਬਾਰੇ ਜਾਣਨ ਲਈ ਅੱਜ ਦਾ ਪਹਿਲਾ ਸਾਇੰਟਿਫਿਕ ਇਨਸਟਰੂਮੈਂਟ ਹੈ ਐਨੀਰੋਇਡ ਬੈਰੋਮੀਟਰ एनीरोइड बैरोमीटर एक मेजरिंग डिवाइस है एदे नाल एटमॉस्फेरिक प्रेशर नापया ਜਾਂਦਾ ਹੈ ਮਤਲਬ ਹਵਾ ਦਾ ਦਬਾਅ ਕਿੰਨਾ ਹੈ ਐਟਮੋਸਫੇਅਰ ਚ ਇਹ ਜਾਣਕਾਰੀ ਐਨੀਰੋइड बैरोमीटर ਨਾਲ ਪਤਾ ਕੀਤੀ ਜਾਂਦੀ ਹੈ ਉਹਦੇ ਬਾਅਦ ਅਗਲਾ ਸਾਇੰਟੀਫਿਕ ਇਨਸਟਰੂਮੈਂਟ ਹੈ ਆਰਥਰੋਸਕੋਪ ਆਰਥਰੋਸਕੋਪ ਦੇ ਨਾਲ ਆਪਾਂ ਕਿਸੇ ਵੀ ਇੰਟੀਰੀਅਰ ਜੋਇੰਟ ਦੀ ਵਿਜੂਅਲਾਈਜੇਸ਼ਨ ਇਮੇਜ ਪ੍ਰਾਪਤ ਕਰ ਸਕਦੇ ਆ ਉਹਦਾ ਵਿਜੂਅਲਾਈਜੇਸ਼ਨ ਲੈ ਸਕਦੇ ਆ ਔਰ ਉਹ ਆਪਾਂ ਨੂੰ ਜੋਇੰਟਸ ਦੇ ਹੀਲਿੰਗ ਲਈ ਔਰ ਜੋਇੰਟਸ ਦੇ ਬਾਰੇ ਜਾਣਕਾਰੀ ਲਈ ਕਾਫੀ ਮਦਦ ਕਰਦਾ ਹੈ ਐਸਟਰੋਲੇਬ ਐਸਟਰੋਲੇਬ ਦਾ ਉਪਯੋਗ ਕਿਸੇ ਵੀ ਸੈਲੇਸਟੀਅਲ ਬੋਡੀ ਦੀ ਐਲਟੀਟਿਊਡ ਔਰ ਪੋਜੀਸ਼ਨ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ ਉਹਦੇ ਬਾਅਦ ਅਗਲਾ ਸਾਇੰਟਿਫਿਕ ਇਨਸਟਰੂਮੈਂਟ ਹੈ ਆਡੀਓਫੋਨ ਇਮ ਆਡੀਓਫੋਨ ਇੱਕ ਪ੍ਰਕਾਰ ਦਾ ਆ ਡਿਵਾਈਸ ਹੈ ਜੋ ਕਿ ਕਿਸੇ ਵੀ ਬੰਦੇ ਦੀ ਸੈਂਸ ਆਫ ਹਿਅਰਿੰਗ ਨੂੰ ਇੰਪਰੂਵ ਕਰਦਾ ਹੈ ਮਤਲਬ ਉਹ ਬੰਦੇ ਨੂੰ ਅਗਰ ਕਿਸੇ ਵੀ ਪ੍ਰਕਾਰ ਦੀ ਸੁਣਨ ਦੇ ਵਿੱਚ ਕੁਝ ਦਿੱਕਤ ਆਂਦੀ ਹੈ ਤੇ ਉਹਨੂੰ ਉਹ ਦਿੱਕਤ ਦੂਰ ਕਰਨ ਦੇ ਵਾਸਤੇ ਆਡੀਓਫੋਨ ਦਾ ਉਪਯੋਗ ਕੀਤਾ ਜਾਂਦਾ ਹੈ ਉਹਦੇ ਬਾਅਦ ਅਗਲਾ ਸਾਇੰਟਿਫਿਕ ਇਨਸਟਰੂਮੈਂਟ ਹੈ ਆਡੀਓਮੀਟਰ ਔਰ ਆਡੀਓਮੀਟਰ ਦਰਅਸਲ ਇੱਕ ਸਾਇੰਟੀਫਿਕ ਇਨਸਟਰੂਮੈਂਟ ਹੈ ਜਿਹਦਾ ਕੀ ਉਪਯੋਗ 사ਉਂਡ ਦੀ ਇੰਟੈਂਸਿਟੀ ਜਾਂ 사ਉਂਡ ਦੀ ਤਿਵ੍ਰਤਾ ਦੇ ਬਾਰੇ ਪਤਾ ਕਰਨ ਲਈ ਕੀਤਾ ਜਾਂਦਾ ਹੈ। ਓਕਸੀਨੋਮੀਟਰ ਓਕਸੀਨੋਮੀਟਰ ਦਾ ਉਪਯੋਗ ਪਲਾਂਟਸ ਦੇ ਪਾਰਟਸ ਦੀ ਲੀਨੀਅਰ ਗ੍ਰੋਥ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ। ਮਤਲਬ ਪਲਾਂਟਸ ਕਿੱਦਾਂ ਗ੍ਰੋ ਕਰ ਰਹੇ ਆ ਕਿੰਨੇ ਗ੍ਰੋ ਕਰਦੇ ਉਹਨਾਂ ਦੇ ਪਾਰਟਸ ਉਹਨਾਂ ਦੇ ਬਾਰੇ ਜਾਣਕਾਰੀ ਓਕਸੀਨੋਮੀਟਰ ਦੇ ਨਾਲ ਲਈ ਜਾਂਦੀ ਹੈ। ਐਕਜ਼ੋਮੀਟਰ ਐਕਜ਼ੋਮੀਟਰ ਦਾ ਉਪਯੋਗ ਸਪੈਕਟਕਲ ਲੈਂਸ ਦੇ ਏਰੀਆ ਪਤਾ ਕਰਨ ਲਈ ਕੀਤਾ ਜਾਂਦਾ ਹੈ। ਔਰ ਸਪੈਕਟਕਲ ਲੈਂਸ ਉਹ ਲੈਂਸ ਹੁੰਦੇ ਜੋ ਆਪਾਂ ਅੱਖਾਂ ਤੇ ਪਾਈਦੇ ਆ। ਮਤਲਬ ਆ ਅੱਖ ਚਸ਼ਮੇ ਆਪਣੇ। ਇਹਨਾਂ ਦੇ ਏਰੀਆ ਕਿਆ ਕਿੰਨਾ ਹੈ ਉਹ ਸਭ ਪਤਾ ਕਰਨ ਲਈ ਐਕਜ਼ੋਮੀਟਰ ਦਾ ਉਪਯੋਗ ਕੀਤਾ ਜਾਂਦਾ ਹੈ। ਬੈਰੋਮੀਟਰ ਦਾ ਉਪਯੋਗ 사ਉਂਡ ਦੀ ਇੰਟੈਂਸਿਟੀ ਦਾ ਪਤਾ ਕਰਨ ਲਈ है और बैरोग्राफ का उपयोग प्रेसर एल्टीट्यूड ऑफ प्लैन का पता करने जाता है मतलब प्रेसर कि चेंज दिया है या फिर कोई भी जो प्लैन उड़ता है वह एल्टीट्यूड और एल्टीट्यूड कि पता करेरोग्राफ का उपयोग किया जाता है बैरोकोप बैरोकोप का उपयोग एयर द डेंसिटी हवा की डेंसिटी का पता ली दा है मतलब हवा हवा का कितना है कितना है कि सब पता बैरोस्कोप का उपयोग किया जाता है वोमल कै कैलोरीमीटर बेमोल कैलोरीमीटर का उपयोग किया जाता है कि हीट ऑफ कंबंशन का पता के ਕਿਸੇ ਵੀ ਕੰਬਸ਼ਨ ਪ੍ਰੋਸੈਸ ਚ ਮਤਲਬ ਜੋ ਜਲਨ ਦੀ ਪ੍ਰਤੀਕਿਰਿਆ ਆਇਆ ਜਿਹਦੇ ਅੱਗ ਅੱਗ ਲੱਗੰਦਾ ਹੀ ਆ ਉਸ ਅੱਗ ਲੱਗੀ ਹੋਈ ਆ ਕਿ ਚੋ ਕਿੰਨੀ ਹੀਟ ਨਿਕਲੰਦੀ ਆ ਮਤਲਬ ਕਿੰਨੀ ਊਸ਼ਣਤਾ ਨਿਕਲੰਦੀ ਆ ਕਿੰਨੀ ਗਰਮੀ ਨਿਕਲੰਦੀ ਆ ਇਹ ਪਤਾ ਕਰਨ ਲਈ ਕੈਲੋਰੀਮੀਟਰ ਦਾ ਉਪਯੋਗ ਕੀਤਾ ਜਾਂਦਾ ਹੈ ਦੋਸਤੋ ਮਿਲਦੇ ਆ ਫਿਰ ਨਵੇਂ ਐਪੀਸੋਡ ਚ ਨਵੀਆਂ ਜਾਣਕਾਰੀਆਂ ਨਾਲ ਤਬ ਤੱਕ ਦੇ ਲਈ ਸਸਰੀਕਾਲ ਖੁਦਾ হাফেজ